ਅਰੇ ਬੰਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ, ਦੁਬਾਰਾ ਲੜਾਈ ਹੋਣ ਲੱਗਿਆ ਪਹਿਲਾਂ ਸੰਸਥਾ ਦੀ ਸੀ ਆਪਣੀ ਤੇ, ਉਦੋਂ ਅਸੀਂ ਗੋਲੀ ਬਾਰੇ 'ਚ ਗੱਲ ਦੱਸੀ ਤੁਹਾਨੂੰ ਜਿੱਦਾਂ, ਅਤੇ ਉਹਨਾਂ ਨੇ ਬਾਬਾ ਜੀ ਜਿਹੜੇ ਸ਼ਾਮ ਸਿੰਘ ਜੀ, ਇਹ ਬਾਬਾ ਜੀ ਇਹ ਬਾਬਾ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਤੋਂ ਪ੍ਰਕਰਮਾਂ ਦੇ ਵਿੱਚ ਇਹ ਬਾਬਾ ਜੀ ਬੈਠੇ ਸੀਗੇ ਜੀ। ਉੱਥੋਂ ਸਿੰਘ ਚਾਰ ਸਿੰਘ ਸਾਡੇ ਕੋਲ, ਉਹਨਾਂ ਨੂੰ ਸਾਡੀ ਪਰਸਨਲ ਆਪ ਨੂੰ ਗੱਲ ਹੋਈ ਸੀ ਜੀ, ਉਹਨਾਂ ਨੇ ਇਹਨੂੰ ਗੁਰੂ ਨਾਨਕ ਹੋਸਪਿਟਲ ਦੇ ਵਿੱਚ ਉੱਥੇ ਦਾਖਲ ਕਰਵਾਤਾ ਸੀਗਾ, ਅਤੇ ਉੱਥੇ ਦਾਖਲ ਕਰਵਾਉਣ ਤੋਂ ਬਾਅਦ 'ਚ ਬਾਬਾ ਜੀ ਨੂੰ ਉੱਥੇ ਉਹਨਾਂ ਨੂੰ ਇਲਾਜ ਵਗੈਰਾ ਨਹੀਂ ਕੀਤਾ, ਮੇਰੇ ਸੋਚਦੇ ਪਏ ਹੋਏ ਜੀ ਸਾਰੇ ਸਾਈਡ 'ਚ ਦੇਖ ਸਕਦੇ ਹੋ ਤੁਸੀਂ, ਅਸਲ ਸਾਰੇ ਪਾਸੇ ਇਹਦੇ ਵਿੱਚ ਕੀੜੇ ਪਏ ਹੋਏ ਬਾਬਾ ਜੀ ਨੇ ਸਿਰ ਦੇ ਵਿੱਚ ਪੂਰੇ ਜੀ, ਉਹਨਾਂ ਨੇ ਕੋਈ ਇਲਾਜ ਨਹੀਂ ਕੀਤਾ, ਕੋਈ ਪੱਟੀ ਨਹੀਂ ਕੀਤੀ, ਉਹਦੇ ਮੁੰਡੇ ਲੈ ਗਏ ਯਾਰ ਪੈਸੇ, ਉਹਨਾਂ ਨੇ ਖੋਲ ਦਾ ਆਪਣੇ ਬੱਚਿਆਂ ਘੱਲੇ ਕੀਤੀ ਹੈ ਜੀ। ਅਤੇ ਮੈਂ ਬੇਨਤੀ ਵੀ ਕਰਨੀ ਚਾਹੁੰਦਾ ਸਾਰੇ ਅਦਾਰਿਆਂ ਨੂੰ, ਸਾਰੀਆਂ ਸੰਸਥਾਵਾਂ ਨੂੰ ਵੀ ਵੱਡੀਆਂ ਵੱਡੀਆਂ ਨੇ, ਇਹਨਾਂ ਨੂੰ ਸਾਡੀ ਵਿਵਸਥਾ ਸਭ ਤੋਂ ਜਿਹੜੀ ਹੈ ਜੁਨੀਅਰ ਦੇ ਵਿੱਚ, ਤਾਂ ਉੱਥੇ ਵੀ ਉਹਨਾਂ ਨੇ ਜਿਹੜੀ ਕਿ ਇਹਨਾਂ ਦਾ ਦੱਸਦੇ ਸੀ ਵੀ ਵੀ ਕੋਈ ਇੰਤਜ਼ਾਮ ਨਹੀਂ ਹੋ ਸਕਿਆ, ਅਤੇ ਹੁਣ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਕੋਲ ਆ ਗਏ। ਮਾਸ਼ਾ ਦੀ ਮਿਹਰ ਨਾਲ ਉਹਨਾਂ ਦਾ ਨਾਮ ਸ਼ਾਮ ਸਿੰਘ ਜੀ, ਇਹਨਾਂ ਦਾ ਪਿੰਡ ਇਹ ਦੱਸਦੇ ਆ ਜਿਹੜੇ ਇਹ ਪੱਟੀ ਦੇ ਲਾਗੇ ਦੱਸਦੇ ਆ ਬਲਿਆਣਾ ਪਿੰਡ, ਅਤੇ ਮੈਂ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਵੀ ਜੇ ਪਛਾਣ ਲਓਗੇ ਉਹਨੂੰ।